ਕਰੀ ਬੈਠਿਆ ਹੱਜ ਹੋ ਆ ਜਾਓ ਜੀ ਭਗਤ ਜੀ ਤੁਸੀਂ ਤੇ ਕਿਤੇ ਨਹੀਂ ਜਾਣਾ ਮੈਨੂੰ ਪਤਾ ਤੁਸੀਂ ਨੱਚ ਲੈਂਦੇ ਹੋ ਪਰ ਤੁਸੀਂ ਸੰਗੀ ਜਾਂਦੇ ਹੋ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਬੱਚਾ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਸ਼ਰਮਾਈ ਗਿਆ ਉਹ ਦੁਨੀਆ ਦੇ ਕਿਸੇ ਕੋਨੇ 'ਚ ਚਲਾ ਜਾਵੇ ਉਹ ਖੁਸ਼ ਨਹੀਂ ਹੋ ਸਕਦਾ ਫਿਰ ਇੱਥੇ ਸ਼ਰਮਾ ਗਿਆ ਜਿਹੜਾ ਜਿਹੜਾ ਇੱਥੇ ਖੁਸ਼ ਨਹੀਂ ਹੋਇਆ ਉਹ ਕਿਤੇ ਵੀ ਖੁਸ਼ ਨਹੀਂ ਹੋ ਸਕਦਾ ਸੋ ਭਗਤੋ ਜਿਹੜੇ ਇਸ ਦਰਬਾਰ ਨੂੰ ਮੰਨਦੇ ਹੈ ਜਿਹੜੇ ਇਸ ਦਰਬਾਰ ਨੂੰ ਪਿਆਰ ਕਰਦੇ ਆ ਜਿਹੜੇ ਮੇਰੇ ਸਾਈਆਂ ਨੂੰ ਪਿਆਰ ਕਰਦੇ ਆ ਇੱਕ ਵਾਰੀ ਨੱਚ ਕੇ ਹਾਜ਼ਰੀ ਲਵਾਈਏ ਸਾਰੇ ਜਾਣੇ ਮਾਂ ਦੇ ਜਗਰਾਤੇ ਵਿੱਚ ਅੱਜ ਸਾਰੇ ਨੱਚੀਏ ਸਾਡੀਆਂ ਭੈਣਾਂ ਡਰਦੀਆਂ ਹੀ ਜਕਾਰਾਂ ਨਹੀਂ ਬੋਲਦੀਆਂ ਸੰਗਦੀਆਂ ਜਕਾਰਾਂ ਨਹੀਂ ਬੋਲਦੀਆਂ ਕਿ ਕੱਲ ਨੂੰ ਗੁਆਂਢਣ ਕਹੂ ਲੈ ਰਾਤ ਤਾਂ ਵੱਡੀ ਭਗਤਣੀ ਬਣੀ ਬੈਠੀ ਸੀ ਬੋਲ ਸੱਚੇ ਦਰਬਾਰ ਕੀ ਇੱਧਰ ਕਈ ਭਗਤ ਵੀ ਏਦਾਂ ਹੀ ਹੈ ਉਹ ਵੀ ਸੰਗਦੇ ਹੀ ਜਕਾਰਾਂ ਨਹੀਂ ਲਾਉਂਦੇ ਜਦੋਂ ਮਾਂ ਦੇ ਦਰਬਾਰ 'ਚ ਆ ਜਾਈਏ ਫਿਰ ਜਿਹੜੇ ਫਿਕਰ ਫਾਕੇ ਨੇ ਉਹਨਾਂ ਨੂੰ ਛੱਡ ਦਈਦਾ ਮਾਂ ਕੋਲੇ ਆ ਕੇ ਬੱਚਾ ਕਿੰਨਾ ਖੁਸ਼ ਹੁੰਦਾ ਤੁਸੀਂ ਆਪ ਦੱਸੋ ਅੰਦਾਜ਼ਾ ਲਓ ਮਾਂ ਕੋਲੇ ਆ ਕੇ ਬੱਚਾ ਕਿੰਨਾ ਖੁਸ਼ ਹੁੰਦਾ ਉਸ ਤਰੀਕੇ ਦੀ ਖੁਸ਼ੀ ਹੋਣੀ ਚਾਹੀਦੀ ਹੈ ਜਦੋਂ ਮਾਂ ਆਈ ਹੋਵੇ ਇੱਕੋ ਗੱਲ ਕਹਿੰਦਾ ਕਸ਼ਮੀਰ ਕੁਝ ਹੋ ਨੱਚਣਾ ਫਿਰੋਜ ਕੋਈ ਸੰਗਣੇ ਦੀ ਲੋੜ ਨਹੀਂ ਇੱਕੋ ਗੱਲ ਕਹਿੰਦਾ ਕਸ਼ਮੀਰ ਕੁਝ ਹੋ ਨੱਚਣਾ ਫਿਰੋਜ ਕੋਈ ਸੰਗਣੇ ਦੀ ਲੋੜ ਨਹੀਂ ਨੱਚਣਾ ਫਿਰੋਜ ਕੋਈ ਸੰਗਣੇ ਦੀ ਲੋੜ ਨਹੀਂ ਜਗਰਾਤੇ ਵਿੱਚ ਮਾਧ 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 ਜਗਰਾਤੇ ਵਿੱਚ ਕਹੀ ਜਾਇਓ ਨੱਚਿਓ ਨਾ ਸਾਰੇ ਜਾਣੇ ਕਹੀ ਜਾਂਦੇ ਨੇ ਆਜੋ ਸਾਰੇ ਨੱਚੀਏ ਆਜੋ ਸਾਰੇ ਨੱਚੀਏ ਪਰ ਨੱਚਦਾ ਕੋਈ ਨੀ ਚਲੋ ਠੀਕ ਹੈ ਕੋਈ ਗੱਲ ਨੀ ਮੇਰੀ ਡਿਊਟੀ ਲੱਗੀ ਹੋਈ ਹੈ ਲਾਲ ਰੰਗ ਦੇ ਝੰਡਿਆਂ ਉੱਤੇ ਸੋਹਣਾ ਕੋਠਾ ਲਾਈਏ ਲਾਲ ਰੰਗ ਦੇ
मैं तुहानू कह रहा सरदार जी, ये मेरे प्यारे सरदार जी तुहानू कह रहे हैं। सारे बोलो उच्ची बोलो जय माता दी, ओ जय माता दी, जय माता दी। कहते कहते जिथे आज मुश्किल भारी मानू जैसे, जिथे आज मुश्किल भारी मानू जैसे, आओगे जाने भक्ता तान दे दे तान सुनाइए, आओगे जाने भक्ता तान दे दे तान सुनाइए। मेला लग्या दासी दा दरबार की। हाँ बोलिया करो भगत जी, साढ़े बिट्टू बलैतिया जी दो मिनट वास्ते साढ़े साइया के चरणों के हाजिरी लाउणगे, उस तो बाद फिर मैं रेगूलर थोड़े नाल। बहुत बहुत शुक्रिया जी, सरकार वालों बहुत सारा आशीर्वाद सानू आया, प्यार आया, मुहब्बत आई है, और सारे संत भगतों वालों बहुत सारा प्यार सानू आया। शुक्रिया मेहरबानी। ये हाजरियां जिहड़ियां असीं दे रहे हैं महामाई लेखे लावे, क्योंकि अज दी रात भागां वाली रात है। सो शुरू करदे अपने माँ प्यो तो, क्योंकि जिन्हां ने दुनिया विखाई है सानू, सो जिन्हां करके असीं तुरे फिरदे हैं।
ਸੋ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਉਹਨਾਂ ਤੋਂ ਵੱਡਾ ਕੋਈ ਰੱਬ ਨਹੀਂ। ਸੋ ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਨੇ ਕਰੀ, ਉਹਨਾਂ ਵਾਸਤੇ ਤਾੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਕਹਿੰਦੇ ਨੇ ਕਿ ਲੱਖ ਕਾੜੋ ਬਨੌਟੀ ਘਿਓ ਨੂੰ ਪਰ ਕਦੇ ਦੇਸੀ ਘਿਓ ਨਹੀਂ ਬਣਦਾ। ਲੱਖ ਕਾੜੋ ਬਨੌਟੀ ਘਿਓ ਨੂੰ ਪਰ ਕਦੇ ਦੇਸੀ ਘਿਓ ਨਹੀਂ ਬਣਦਾ। ਲੱਖ ਹੋਣ ਚਾਚੇ ਤਾਏ ਪਰ ਇੱਕ ਪਿਓ ਨਹੀਂ ਬਣਦਾ। ਲੱਖ ਬੀਜੋ ਡੇਕਾਂ ਕਿੱਕਰਾਂ ਬੋੜ ਜੀ ਸ਼ਾਂ ਨਹੀਂ ਹੁੰਦੀ। ਲੱਖ ਹੋਣ ਮਾਸੀਆਂ ਚਾਚੀਆਂ ਪਰ ਇੱਕ ਮਾਂ ਨਹੀਂ ਹੁੰਦੀ। ਸੋ ਇਸ ਕਰਕੇ ਬਹੁਤ ਵੱਡਾ ਰੁਤਬਾ ਹੈ ਮਾਂ ਦਾ। ਔਰ ਤੁਸੀਂ ਸਾਰੇ ਸੋ ਮਾਂ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਬੈਠੇ ਹੋ ਇੱਧਰਲੇ ਪਾਸੇ। ਸੋ ਚਾਹ ਦਾ ਲੰਗਰ ਚੱਲ ਰਿਹਾ, ਪਹਿਲਾਂ ਇੱਧਰਲੇ ਪਾਸੇ ਚੱਲਿਆ, ਹੁਣ ਇੱਧਰਲੇ ਪਾਸੇ ਚੱਲ ਰਿਹਾ। ਸੋ ਸਾਰੇ ਇੱਕ ਵਾਰੀ ਆ ਜਾਓ, ਜਿਹੜੇ ਫ੍ਰੀ ਨੇ ਬਿਲਕੁਲ ਜੈ ਜੈਕਾਰ, ਕਿਉਂਕਿ ਪਹਿਰੇਦਾਰ ਦਾ ਕੰਮ ਹੈ ਹੋਕਾ ਦੇਣਾ ਵੀ ਜਾਗਦੇ ਰਹੋ। ਜਾਗਦੇ ਰਹੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਮੰਜੇ ਤੋਂ ਉੱਠ ਕੇ ਬਹਿ ਜਾਵੇ। ਜਾਗਦੇ ਰਹੋ ਦਾ ਮਤਲਬ ਇਹ ਹੈ ਕਿ ਬੰਦਾ ਥੋੜ੍ਹਾ ਅਲਰਟ ਹੋ ਕੇ ਬਹਿੰਦਾ ਹੈ ਕਿ ਜੇ ਇੱਧਰ ਉੱਧਰ ਕੋਈ ਖੜਕਾ ਦੜਕਾ ਹੁੰਦਾ ਤਾਂ ਬੰਦਾ ਉੱਠ ਕੇ ਦੇਖ ਲੈਂਦਾ। ਪਰ ਹੁਣ ਅਸੀਂ ਕਿਸ ਕਰਕੇ ਅਲਰਟ ਹੋਣਾ ਹੈ ਕਿ ਅੱਜ ਪਾਕ ਪਵਿੱਤਰ ਦਰਬਾਰ ਦੇ ਵਿੱਚ ਬੈਠੇ ਹਾਂ। ਸੋ ਨਾ ਜਪਣਾ ਹੈ, ਪਤਾ ਨਹੀਂ ਕਦੋਂ ਰਹਿਮਤਾਂ ਦੀ ਬਰਸਾਤ ਹੋ ਜਾਣੀ ਹੈ, ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਨਾਮ ਜਪਣ ਤੋਂ ਰਹਿ ਜਾਈਏ ਅਤੇ ਰਹਿਮਤਾਂ ਦੀ ਬਰਸਾਤ ਹੋ ਜਾਵੇ। ਸੋ ਇਸ ਕਰਕੇ ਆਓ, ਜਿੰਨੀ ਸੰਗਤ ਬੈਠੀ ਹੈ ਕਰੀ ਗੱਜ ਵੱਜ ਕੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਹੈ। ਜਕਾਰਾ ਸ਼ਰਾਵਲੀ ਦਾ ਬਹੁਤ ਪਿਆਰੀ ਸੰਗਤ ਹੈ ਜਿਹਨਾਂ ਨੇ ਹਾਜ਼ਰੀ ਭਰੀ ਹੈ। ਨਹੀਂ ਤਾਂ ਕਈ ਜਾਗਰਣ ਇੱਦਾਂ ਦੇ ਹੁੰਦੇ ਆ ਕਿ ਦੋ ਢਾਈ ਘੰਟੇ ਮੇਰੇ ਮਿੰਨਤਾਂ ਕਰਦੇ ਹੀ ਨਿਕਲ ਜਾਂਦੇ ਆ। ਭਗਤ ਜੀ ਕਹਿ ਦਿਓ ਜੈ ਮਾਤਾ ਦੀ, ਭੈਣ ਜੀ ਕਹਿ ਦਿਓ ਜੈ ਮਾਤਾ ਦੀ, ਅਤੇ ਅੱਗਿਓਂ ਕੋਈ ਰਿਸਪੋਂਸ ਨਹੀਂ ਆਉਂਦਾ। ਆ ਪਰਸੋਂ ਚੌਥ ਜਾਗਰਣ ਸਾਡਾ, ਮੈਂ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਬੇਨਤੀਆਂ ਕਰ ਰਿਹਾ ਸੀ ਕਿ ਕਹਿ ਦਿਓ ਜੈ ਮਾਤਾ ਦੀ, ਕਹਿ ਦਿਓ ਜੈ ਮਾਤਾ ਦੀ। ਕਿਸੇ ਵੱਲੋਂ ਆਵਾਜ਼ ਨਹੀਂ ਆਈ, ਹਾਰ ਕੇ ਮੈਂ ਉੱਤਰ ਕੇ ਫਿਰ ਭੈਣਾਂ ਵਾਲੇ ਪਾਸੇ ਚਲ ਗਿਆ। ਉੱਥੇ ਇੱਕ 70-80 ਸਾਲ ਦੇ ਬੇਬੇ ਜੀ ਬੈਠੇ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਮਾਤਾ ਜੀ ਕਹਿ ਦਿਓ ਜੈ ਮਾਤਾ ਦੀ। ਮਾਤਾ ਮੇਰੇ ਮੂੰਹ ਵੱਲ ਦੇਖਣ ਲੱਗ ਪਈ ਵੀ ਇਹ ਕਿਹੜਾ ਜਿਹੜਾ ਬੁੜੀਆਂ 'ਚ ਤੁਰਿਆ ਫਿਰਦਾ। ਜਦੋਂ ਮੈਂ ਦੂਜੀ ਵਾਰੀ ਕਿਹਾ, ਮੈਂ ਕਿਹਾ ਮਾਤਾ ਜੀ ਕਹਿ ਦਿਓ ਜੈ ਮਾਤਾ ਦੀ, ਮਾਤਾ ਉੱਠ ਕੇ ਖੜੀ ਹੋ ਗਈ। ਕਹਿੰਦੀ ਭਰਾ ਤੂੰ ਆਪੇ ਹੀ ਕਹਿ, ਤੈਨੂੰ ਤੇ ਫਿਰੋਜ਼ ਖਾਨ ਨੇ ਪੈਸੇ ਦੇਣੇ, ਮੈਨੂੰ ਕੀ ਮਿਲਣਾ ਆ। ਮੈਂ ਕਿਹਾ ਮਾਤਾ ਜੀ ਠੀਕ ਹੈ ਵੀ ਮੈਨੂੰ ਪੈਸੇ ਮਿਲਣੇ ਆ, ਪਰ ਜਿਹੜੀ ਤੁਸੀਂ ਜੈ ਮਾਤਾ ਦੀ ਕਹਿ ਦੇਣੀ ਹੈ ਉਹ ਤੁਹਾਡੀ ਮਨਜ਼ੂਰ ਹੋ ਜਾਣੀ, ਜਿਹੜੀ ਮੈਂ ਜੈ ਮਾਤਾ ਦੀ ਕਹਿ ਦੇਣੀ ਉਹ ਮੇਰੀ ਮਨਜ਼ੂਰ ਹੋ ਜਾਣੀ ਹੈ। ਉਹ ਮਾਤਾ ਨੂੰ ਖਰੇ ਗੁੱਸਾ ਲੱਗਾ ਵੀ ਮੇਰੀ ਬੇਇੱਜ਼ਤੀ ਕਰ ਗਿਆ। ਮਾਤਾ ਉੱਠ ਕੇ ਮੇਰੇ ਮੋਹਰੇ ਆ ਗਈ ਸਟੇਜ ਦੇ, ਕਹਿੰਦੀ ਪੁੱਤਰ ਇੰਨਾ ਬੋਲਦਾ ਹੈ ਕੀ ਖਾਂਦਾ ਹੁੰਦਾ। ਮੈਂ ਕਿਹਾ ਮਾਤਾ ਜੀ ਜੋ ਮੈਂ ਖਾਂਦਾ ਤੁਸੀਂ ਖਾ ਨਹੀਂ ਸਕਦੇ, ਮੈਂ ਤਾਂ ਗਲੋਂ ਲਾਉਣ ਡਿਆ ਸੀ ਮਾਤਾ ਨੂੰ, ਪਰ ਮਾਤਾ ਉਹ ਖਹਿੜੇ ਪੈ ਗਈ। ਕਹਿੰਦੀ ਪੁੱਤਰ ਕੀ ਖਾਂਦਾ ਹੁੰਦਾ, ਫਲ ਫਲੂਟ ਖਾਂਦਾ ਹੁੰਦਾ। ਮੈਂ ਕਿਹਾ ਮਾਤਾ ਜੀ ਨਹੀਂ। ਕਹਿੰਦੀ ਪੁੱਤਰ ਗਿਰੀਆਂ ਬਦਾਮ ਖਾਂਦਾ ਹੁੰਦਾ। ਮੈਂ ਕਿਹਾ ਮਾਤਾ ਜੀ ਨਹੀਂ। ਕਹਿੰਦੀ ਪੁੱਤ ਦੇਸੀ ਘਿਓ ਖਾਂਦਾ ਹੁੰਦਾ। ਮੈਂ ਕਿਹਾ ਮਾਤਾ ਜੀ ਨਹੀਂ। ਮੈਂ ਕਿਹਾ ਮਾਤਾ ਜੀ ਹੁਣ ਤੁਸੀਂ ਜਾਣਾ ਨਹੀਂ ਅਤੇ ਮੈਂ ਤੁਹਾਨੂੰ ਦੱਸ ਹੀ ਦੇਵਾਂ, ਮੈਂ ਆਪਣੇ ਕੋਲੋਂ ਟੋਟਕਾ ਜਿਹਾ ਬਣਾ ਕੇ। ਮੈਂ ਕਿਹਾ ਮਾਤਾ ਜੀ ਮੈਂ ਖਾਂਦਾ ਹੁੰਦਾ ਬਿਸਕੁਟ, ਇਸ ਕਰਕੇ ਮੈਂ ਜ਼ਿਆਦਾ ਬੋਲਦਾ ਹਾਂ। ਕਹਿੰਦੀ ਪੁੱਤਰ ਖਾਂਦਾ ਤਾਂ ਤੂੰ ਬਿਸਕੁਟ ਹੈ, ਕਿਹੜੇ ਬਿਸਕੁਟ ਖਾਂਦਾ। ਮੈਂ ਕਿਹਾ ਜੀ ਮੈਂ ਟਾਈਗਰ ਬਿਸਕੁਟ ਖਾਂਦਾ ਹਾਂ। ਕਹਿੰਦੀ ਪੁੱਤਰ ਖਾਂਦਾ ਤੂੰ ਟਾਈਗਰ ਬਿਸਕੁਟ ਹੈ ਪਰ ਭੌਂਕਦਾ ਕੁੱਤੇ ਵਾਂਗੂ। ਉਹ ਮਾਤਾ ਆਪਣਾ ਗੁੱਸਾ ਜ਼ਰੂਰ ਲਾ ਕੇ ਗਈ ਉੱਥੇ, ਕਿਉਂਕਿ ਕਈ ਵਾਰੀ ਇੱਦਾਂ ਕਰੈਕਟਰ ਮਿਲ ਜਾਂਦੇ ਆ। ਪਰ ਅੱਜ ਮਾਂ ਦੇ ਦਰਬਾਰ ਦੇ ਵਿੱਚ ਬੈਠੇ ਮੈਂ ਛੋਟੀ ਜਿਹੀ ਮਾਂ ਦੀ ਗੱਲ ਕਰੂੰਗਾ, ਕਿਉਂਕਿ ਮਾਂ ਨੂੰ ਫਿਕਰ ਹੁੰਦਾ ਬੱਚਾ ਜਿੱਥੇ ਮਰਜ਼ੀ ਚਲਾ ਜਾਵੇ। ਮਾਂ ਨੂੰ ਇੱਕੋ ਇੱਕ ਫਿਕਰ ਹੁੰਦਾ ਹੈ ਕਿ ਬੱਚਾ ਮੇਰਾ ਜਿੱਥੇ ਵੀ ਰਹੇ ਤੰਦਰੁਸਤ ਰਹੇ, ਖਾਂਦਾ ਪੀਂਦਾ ਰਹੇ, ਸਿਹਤ ਉਹਦੀ ਬਰਕਰਾਰ ਰਹੇ, ਕੰਮ ਉਹਦਾ ਬਰਕਰਾਰ ਰਹੇ। ਸੋ ਮੈਂ ਜਦੋਂ ਪੜ੍ਹ ਲਿਖ ਕੇ ਨਿਕਲਿਆ ਅਤੇ ਨੌਕਰੀਆਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਹੈ ਨਹੀਂ ਗੀਆਂ, ਮੈਨੂੰ ਕੋਈ ਨੌਕਰੀ ਨਹੀਂ ਮਿਲੀ। ਹਾਰ ਕੇ ਮੇਰੀ ਮਾਤਾ ਨੇ 70-80 ਹਜ਼ਾਰ ਰੁਪਈਆ ਫੜ ਕੇ ਮੈਨੂੰ ਦੁਬਈ ਭੇਜ ਦਿੱਤਾ। ਦੁਬਈ ਮੈਂ ਚਲਾ ਗਿਆ, ਉੱਥੇ ਵੀ ਏਜੰਟ ਕਈ ਵਾਰੀ ਧੋਖਾ ਕਰ ਜਾਂਦੇ, ਉੱਧਰਲੇ ਪਾਸੇ ਵੀ ਮੈਨੂੰ ਕੋਈ ਕੰਮ ਨਾ ਮਿਲਿਆ। ਹਾਰ ਕੇ 3-4 ਮਹੀਨੇ ਬਾਅਦ ਮੇਰੇ ਉੱਥੇ ਯਾਰ ਬੇਲੀ ਸੀ, ਉਹਨਾਂ ਨੇ ਮੈਨੂੰ ਕੰਮ ਦੇ ਉੱਤੇ ਲਵਾਇਆ। ਕੰਮ ਕਾਹਦਾ? ਕੰਮ ਅੱਜ ਦਾ ਆਪਣੇ ਇੱਧਰ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਸੜਕਾਂ ਦੇ ਉੱਤੇ ਗਟਰ ਓਵਰ ਹੋ ਜਾਂਦੇ, ਪਾਣੀ ਫਿਰਨ ਲੱਗ ਪੈਂਦਾ ਗਲੀਆਂ ਦੇ ਵਿੱਚ, ਪਰ ਦੁਬਈ ਦੇ ਵਿੱਚ ਇੱਦਾਂ ਦਾ ਕੋਈ ਕੰਮ ਨਹੀਂ। ਜਿਹੜੇ ਬੰਦੇ ਦੁਬਈ ਗਏ ਆ ਉਹਨਾਂ ਨੂੰ ਪਤਾ ਆ ਕਿ ਉੱਧਰਲੇ ਪਾਸੇ ਉਹਨਾਂ ਨੇ ਵੱਡੇ ਵੱਡੇ ਟੈਂਕਰ ਲਾਏ ਆ, ਉਹ ਪੈਪਾਂ ਨਾਲ ਪਾਣੀ ਖਿੱਚ ਕੇ ਤਾਂ ਕਿਸੇ ਖੁੱਲ੍ਹੀ ਜਗ੍ਹਾ ਦੇ ਉੱਤੇ ਛੱਡ ਆਉਂਦੇ ਆ। ਸੋ ਜਿੱਦਾਂ ਹੀ ਸੋ ਮੈਨੂੰ ਉੱਥੇ ਨੌਕਰੀ ਮਿਲੀ ਤਾਂ ਇੱਧਰੋਂ ਮੇਰੀ ਮਾਤਾ ਦਾ ਫੋਨ ਮੈਨੂੰ ਆ ਗਿਆ, ਕਹਿੰਦੀ ਪੁੱਤਰ ਨੌਕਰੀ ਮਿਲ ਗਈ। ਮੈਂ ਕਿਹਾ ਮਾਤਾ ਜੀ ਨੌਕਰੀ ਮਿਲ ਗਈ? ਕਹਿੰਦੀ ਕਾਹਦੀ ਨੌਕਰੀ ਮਿਲੀ ਆ ਪੁੱਤ? ਮੈਂ ਕਿਹਾ ਹੁਣ ਮੇਰੀ ਮਾਤਾ ਨੇ ਮੁਹੱਲੇ 'ਚ ਵੀ ਦੱਸਣਾ ਦੋ ਚੌਂ ਬੰਦਿਆਂ ਨੂੰ ਵੀ ਪੁੱਤਰ ਮੇਰਾ ਪੜ੍ਹ ਲਿਖ ਕੇ ਗਿਆ ਸੀਗਾ ਅਤੇ ਆਹ ਨੌਕਰੀ ਮਿਲੀ ਹੈ। ਅਤੇ ਮੈਂ ਫਿਰ ਆਪਣੇ ਕੋਲ ਥੋੜ੍ਹਾ ਜਿਹਾ ਬਣਾਇਆ, ਮੈਂ ਕਿਹਾ ਮੁਹੱਲੇ 'ਚ ਤਾਂ ਉੱਥੇ ਰੈਪੂਟੇਸ਼ਨ ਬਣਾਈ ਹੈ, ਇੱਧਰ ਤਾਂ ਪਾਣੀ ਖਿੱਚਣ ਹੀ ਡਏ ਆ ਪੈਪਾਂ ਦੇ ਵਿੱਚੋਂ। ਅਤੇ ਮੈਂ ਆਪਣੀ ਮਾਂ ਨੂੰ ਉੱਥੇ ਦੱਸਿਆ। ਉਹ ਖਾਸ ਗੱਲ ਕੀ ਸੀ ਕਿ ਉਹ ਟੈਂਕਰ ਦੇ ਉੱਤੇ ਲਿਖਿਆ ਹੁੰਦਾ ਜੂਸਰ, ਜਿਹੜਾ ਉੱਧਰਲੇ ਪਾਸੇ ਪਾਣੀ ਖਿੱਚਦਾ,
ਤੇ ਮੈਂ ਫਿਰ ਉੱਥੋਂ ਹੀ ਮਾੜੀ ਜੀ ਗੱਲ ਬਣਾ ਕੇ ਦੱਸ ਦਿੱਤੀ। ਮੈਂ ਕਿਹਾ ਮਾਤਾ ਜੀ ਇੱਧਰ ਨਾ ਮੈਨੂੰ ਜਿਹੜੀ ਨੌਕਰੀ ਮਿਲੀ ਹੈ, ਮੈਂ ਕਿਹਾ ਬਹੁਤ ਵੱਡੀ ਦੁਕਾਨ ਹੈ ਇੱਕ ਫਲਾਂ ਦੀ, ਤੇ ਮੈਂ ਨਾ ਉੱਥੇ ਜੂਸ ਕੱਢਦਾ ਆ। ਤੇ ਉਹ ਮੇਰੀ ਮਾਤਾ ਦੇਖੋ ਉਹਨੂੰ ਉੱਥੇ ਬੈਠੀ ਨੂੰ ਫਿਕਰ, ਉਹ ਮੈਨੂੰ ਫੋਨ ਤੇ ਸਲਾਹਾਂ ਦੇਈ ਜਾਵੇ, ਕਹਿੰਦੀ ਪੁੱਤਰ ਜਦੋਂ ਤੇਰਾ ਮਾਲਕ ਤੇਰਾ ਨਵਾਬ ਤੇਰਾ ਸ਼ੇਖ ਥੋੜਾ ਜਿਹਾ ਇੱਧਰ ਉੱਧਰ ਹੁੰਦਾ ਹੁੰਦਾ ਨਾ, ਤੇ ਦੋ ਗਲਾਸ ਤੂੰ ਵੀ ਜੂਸ ਦੇ ਭਰ ਕੇ ਪੀ ਲਿਆ। ਹੁਣ ਉਹਨੂੰ ਕੀ ਪਤਾ ਵਿਚਾਰੀ ਨੂੰ ਵੀ ਕਿਹੜਾ ਜੂਸ ਕੱਢੀ ਜਾਂਦਾ, ਕਿਉਂਕਿ ਮਾਤਾ ਨੂੰ ਫਿਕਰ ਹੈ। ਸੋ ਇਸ ਕਰਕੇ ਹੁੰਦਾ। ਸੋ ਮੈਂ ਤੇ ਆ ਘਰ ਦੀਆਂ ਗੱਲਾਂ ਗੁੱਲਾਂ ਸੁਣਾ ਕੇ ਤੇ ਟਾਈਮ ਪਾਸ ਕਰੀ ਜਾਂਦਾ, ਪਰ ਥੋੜਾ ਜਿਹਾ ਹੱਸਿਆ ਕਰੋ ਕਿਉਂਕਿ ਹੱਸਣ ਦੇ ਨਾਲ ਲਾਈਫ ਜਿਹੜੀ ਆ ਵੱਧਦੀ ਹੈ। ਆ ਬਾਬਾ ਰਾਮਦੇਵ ਜੀ ਦੇਖੋ ਸਵੇਰੇ ਸਵੇਰੇ ਕਹਿੰਦੇ ਵੀ ਹੱਸਿਆ ਕਰੋ, ਤੇ ਨਕਲੀ ਹਾਸਾ ਹੈ। ਸੋ ਜ਼ਰੂਰ ਮੈਂ ਦੇਖਦਾ ਕਈ ਵਾਰੀ ਜਲੰਧਰ ਦੇ ਵਿੱਚ ਜਦੋਂ ਅਸੀਂ ਪ੍ਰੋਗਰਾਮ ਤੋਂ ਨਿਕਲੀਦਾ ਤੇ ਕਈ ਪਾਰਕਾਂ ਦੇ ਕੋਲ ਲਾ ਕੇ ਖੜੇ ਹੱਸਣ ਡੇ ਹੁੰਦੇ, ਕਈ ਵਿਚਾਰੇ ਗੱਡੀਆਂ ਦੀ ਬ੍ਰੇਕ ਮਾਰ ਲੈਂਦੇ ਜਿਹਨਾਂ ਨੂੰ ਨਹੀਂ ਪਤਾ ਉਹ ਪਾਗਲ ਲੱਗਦਾ ਹੈ, ਉਹ ਪਿੱਛੋਂ ਦੀ ਗੱਡੀ ਕੱਢ ਕੇ ਲੈ ਜਾਂਦੇ ਆ। ਪਰ ਹੱਸਿਆ ਕਰੋ, ਥੋੜੀ ਜਿਹੀ ਨੋਕ ਝੋਂਕ ਦੇ ਵਿੱਚ ਵੀ ਹਾਸਾ ਹੁੰਦਾ ਆ। ਮੈਂ ਜਿੰਨੇ ਮਰਜ਼ੀ ਪ੍ਰੋਗਰਾਮ ਕਰਕੇ ਚੱਲ ਜਾਵਾਂ, ਘਰ ਵਾਲੀ ਨੂੰ ਕੋਈ ਪਰਵਾਹ ਨਹੀਂ ਹੁੰਦੀ। ਕੱਲ ਪਰਸੋਂ ਮੈਂ ਪ੍ਰੋਗਰਾਮ ਕਰਕੇ ਗਿਆ, ਮੈਂ ਕਿਹਾ ਭਾਗਵਾਨ ਨੇ ਇੱਦਾਂ ਕਰ ਥੋੜੀ ਜਿਹੀ ਚਾਹ ਬਣਾ ਕੇ ਲਿਆ, ਮੈਂ ਕਿਹਾ ਮੇਰਾ ਗਲਾ ਦੁਖਦਾ ਆ। ਕਹਿੰਦੀ ਤੁਹਾਡਾ ਗਲਾ ਦੁਖਦਾ ਆ, ਮੇਰਾ ਸਿਰ ਦੁਖਦਾ ਹੈ। ਤੇ ਮੈਂ ਕਿਹਾ ਫੇਰ, ਕਹਿੰਦੀ ਸੇਮ ਪੋਜੀਸ਼ਨ ਆ, ਕਿਸੇ ਹੋਰ ਨੂੰ ਕਹਿ ਦਿਓ। ਮੈਂ ਕਿਹਾ ਵੀ ਹੁਣ ਹੋਰ ਕਿਹਨੂੰ ਕਹੀਏ। ਮੈਂ ਕਿਹਾ ਤੂੰ ਇੱਦਾਂ ਕਰ, ਤੂੰ ਚਾਹ ਬਣਾ ਕੇ ਲਿਆ ਤੇ ਮੈਂ ਤੇਰਾ ਨਾ ਸਿਰ ਘੁੱਟ ਦਿੰਦਾ ਆ। ਕਹਿੰਦੀ ਇੱਦਾਂ ਕਰੋ, ਤੁਸੀਂ ਮੇਰਾ ਸਿਰ ਘੁੱਟ ਦਿਓ ਤੇ ਮੈਂ ਕਿਹਾ ਤੂੰ ਫਿਰ ਚਾਹ ਬਣਾ ਕੇ ਲਿਆਉਂਗੀ। ਕਹਿੰਦੀ ਨਹੀਂ, ਮੈਂ ਤੁਹਾਡਾ ਗਲਾ ਘੁੱਟ ਦਊਂਗੀ। ਮੈਂ ਕਿਹਾ ਚੰਗੀ ਪੋਜੀਸ਼ਨ ਬਣਾਈ ਹੈ ਵੀ ਥੋੜ੍ਹਾ ਬਾਰੀ ਦਾ ਵੱਟਾ ਹੀ ਹੋਣਾ ਚਾਹੀਦਾ ਹੈ। ਸੋ ਇਹੋ ਜਿਹਾ ਤਾਂ ਮਾਹੌਲ ਹੈ ਸਾਡੇ ਘਰ ਦਾ, ਪਰ ਥੋੜ੍ਹਾ ਜਿਹਾ ਹੱਸਣਾ ਜਿਹੜਾ ਨੋਕ ਝੋਂਕ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਕਹਿੰਦੇ ਨੇ ਕਿ ਘਰ ਦੇ ਵਿੱਚ ਦੋ ਭਾਂਡੇ ਹੋਣ ਤਾਂ ਖੜਕਦੇ ਹੀ ਰਹਿੰਦੇ ਆ। ਦਾਦਾ ਜੀ ਸਾਡੇ ਕਿੰਨੇ ਹੀ ਭਾਂਡੇ ਸਾਰੇ ਖੜਕਦੇ ਰਹਿੰਦੇ ਆ। ਸੋ ਇੰਨੇ ਕੁ ਭਾਂਡੇ ਆ, ਉਹ ਵੀ ਖੁਸ਼ ਰਹਿੰਦੀ ਆ, ਮੈਂ ਵੀ ਖੁਸ਼ ਰਹਿੰਦਾ ਆ, ਕਿਉਂਕਿ ਜਿਹੜਾ ਭਾਂਡਾ ਲੱਗ ਗਿਆ ਮੇਰੇ ਉਹ ਖੁਸ਼ ਹੋ ਜਾਂਦੀ ਹੈ, ਜਿਹੜਾ ਨਾ ਲੱਗਾ ਤੇ ਮੈਂ ਖੁਸ਼ ਹੋ ਜਾਂਦਾ। ਸੋ ਇਸ ਕਰਕੇ ਸਾਰੇ ਖੁਸ਼ ਰਿਹਾ ਕਰੋ, ਖੁਸ਼ੀਆਂ ਦੇ ਵਿੱਚ ਹੀ ਸੰਸਾਰ ਵੱਸਦਾ। ਤੇ ਆਓ ਖੁਸ਼ੀਆਂ ਨੂੰ ਚਾਰ ਚੰਨ ਲਾਈਏ, ਕਿਉਂਕਿ ਹਾਸਾ ਕਈ ਵਾਰੀ ਠੰਡ ਦੇ ਮੁਤਾਬਕ ਵੀ ਹੁੰਦਾ ਆ। ਅੱਜ ਕੱਲ੍ਹ ਸਰਦੀ ਦੇ ਵਿੱਚ ਕੋਈ ਮਹਿਮਾਨ ਆ ਜਾਵੇ, ਬੰਦੇ ਨੂੰ ਕਿਤੇ ਬੂਹਾ ਖੋਲਣਾ ਪੈ ਜਾਵੇ, ਬੰਦਾ ਉੱਠ ਕੇ ਇੱਦਾਂ ਰਜਾਈ ਦੇ ਵਿੱਚੋਂ ਨਿਕਲਦਾ ਵੀ ਜਿੱਦਾਂ ਠੰਡ ਤੋਂ ਬਚ ਕੇ ਨਿਕਲ। ਮੌਸਮ ਦੇ ਮੁਤਾਬਕ ਹਾਸਾ ਆ ਜਾਂਦਾ ਆ। ਸੋ ਕਈ ਵਾਰੀ ਬੰਦਾ ਤੁਰਿਆ ਜਾਂਦਾ ਹੋਵੇ, ਮੀਂਹ ਆ ਜਾਵੇ, ਬੰਦਾ ਉੱਥੇ ਕੀ ਹੋ ਜਾਂਦਾ ਵੀ ਸ਼ਾਇਦ ਇੱਥੇ ਕੀ ਬਚ ਜਾਊਗਾ। ਉਹ ਕਈ ਵਾਰੀ ਸੂਰਜ ਬੜਾ ਤਪਣ ਡਿਆ ਹੁੰਦਾ, ਬੰਦਾ ਤੁਰਿਆ ਜਾਵੇ ਤੇ ਦੂਰੋਂ ਸੂਰਜ ਨੂੰ ਫੂਕਾਂ ਵੀ ਦੱਸ ਤੇਰੀ ਫੂਕ ਨਾ ਬਹੁਤ ਚੱਲਾ ਹੈ। ਸੋ ਇਹੋ ਜਿਹਾ ਤੇ ਮਾਹੌਲ ਆ, ਬੰਦਾ ਕਰੇ ਕੀ। ਹੁਣ ਆ ਗੱਡੀਆਂ ਕਈ ਵਾਰੀ ਨਿਕਲਦੀਆਂ, ਜਦੋਂ ਗੱਡੀਆਂ ਨਿਕਲਦੀਆਂ ਤੇ ਬੰਦਾ ਕਈ ਵਾਰੀ ਸੜਕ ਪਾਰ ਕਰਨ ਲੱਗਾ, ਕਈ ਵਾਰੀ ਕੁੱਤੇ ਵਾਂਗੂ ਪਿੱਛੇ ਮੁੜਿਆ ਹੁੰਦਾ। ਹੁਣ ਕੁੱਤਾ ਜਦੋਂ ਦੋ ਮਾਈਂਡ ਹੁੰਦੇ ਕੁੱਤੇ ਦੇ, ਕਈ ਵਾਰੀ ਜਦੋਂ ਨਿਕਲ ਲੱਗਦਾ ਨਾ, ਕਈ ਵਾਰੀ ਗੱਡੀ ਦੇਖਦਾ ਫਿਰ ਪਿੱਛੇ ਆ ਜਾਂਦਾ, ਕਈ ਵਾਰੀ ਫਿਰ ਅੱਗੇ ਦੌੜਦਾ, ਤਾਂਹੀਓ ਕੁੱਤਾ ਥੱਲੇ ਆਉਂਦਾ। ਕਈ ਵਾਰੀ ਬੰਦਾ ਵੀ ਇੱਦਾਂ ਹੀ ਹੋ ਜਾਂਦਾ, ਕਈ ਵਾਰੀ ਤਾਂ ਨਿਕਲ ਹੀ ਜਾਂਦਾ। ਅੰਨਾ ਉਹ ਉੱਤੇ ਹੀ ਚੜਾ ਦੇਣ ਲੱਗਾ ਸੀ, ਆਪਣੀ ਗਲਤੀਆਂ ਨੇ ਮੰਨਣੀ ਨਹੀਂ ਵੀ ਮੰਮੀ ਥੋੜਾ ਜਿਹਾ ਵਿੱਚ ਬ੍ਰੇਕ ਮਾਰ ਗਿਆ ਸੀ। ਇੰਨਾ ਕੀ ਹਾਸਾ ਆਉਂਦਾ। ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ ਹੈ, ਮਹਿੰਗਾਈ ਦੇ ਵਿੱਚ ਦਾਤਾ ਜੀ ਹਾਸਾ ਆਉਂਦਾ ਹੀ ਨਹੀਂ ਬੰਦੇ ਨੂੰ। ਕੀ ਕਰੇ ਬੰਦਾ ਜਦੋਂ ਸਵੇਰੇ ਉੱਠਦਾ ਅਖਬਾਰ ਪੜ੍ਹਦਾ ਉਹਦੇ ਉੱਤੇ ਲਿਖਿਆ ਹੁੰਦਾ ਪੈਟਰੋਲ ਵੱਧ ਗਿਆ, ਡੀਜ਼ਲ ਰੇਟ ਵੱਧ ਗਿਆ, ਤੇ ਜਦੋਂ ਬੰਦਾ ਨਾਲ ਹੀ ਘਰ ਵਾਲੀ ਨੂੰ ਆਵਾਜ਼ ਮਾਰਦਾ, ਘਰ ਵਾਲੀ ਨੂੰ ਨਾਲ ਹੀ ਪਤਾ ਲੱਗ ਜਾਂਦਾ ਵੀ ਇੰਨੇ ਵਧੇ ਹੋਏ ਰੇਟ ਦੇਖ ਕੇ ਮੇਰੇ ਘੋਲੇ ਦਾ BP ਵੱਧ ਗਿਆ। ਸੋ ਬੰਦਾ ਕੀ ਕਰੇ। ਮੈਂ ਉੱਥੇ ਪੈਟਰੋਲ ਪੰਪ ਵਾਲੇ ਕੋਲ ਗਿਆ, ਕਈ ਵਾਰੀ ਪੈਟਰੋਲ ਪੰਪ ਵਾਲੇ ਵੀ ਕਲੋਲ ਕਰ ਦਿੰਦੇ, ਕਈ ਵਾਰੀ ਜੇਬੀ ਦੇ ਵਿੱਚ ਪੈਸੇ ਹੀ ਉਨੇ ਕੁ ਹੁੰਦੇ। ਮੈਂ ਉਹਨੂੰ ਜਾ ਕੇ ਮੈਂ ਕਿਹਾ ਇੱਦਾਂ ਕਰੋ ਜੀ 20 ਰੁਪਏ ਦਾ ਪੈਟਰੋਲ ਪਾ ਦਿਓ, ਕਹਿੰਦਾ ਭਰਾ 10 ਰੁਪਏ ਹੋਰ ਪਾ, ਪੈਟਰੋਲ ਪੰਪ 'ਚ ਹਿੱਸਾ ਪਾ ਲਾ। ਮੈਂ ਕਿਹਾ ਇੰਨੇ ਪੈਸੇ ਹੁੰਦੇ ਤਾਂ ਕਿਹੜੀ ਗੱਲ ਸੀਗੀ। ਔਰ ਮੈਂ ਮੁੰਡਾ ਮੇਰਾ ਉਹ ਵੀ ਇੱਦਾਂ ਦਾ ਹੀ, ਮੈਨੂੰ ਕਹਿੰਦਾ ਡੈਡੀ ਤੁਹਾਡਾ ਨਾਮ ਬਲੈਤੀਆ ਕਿਹਨੇ ਰੱਖ ਦਿੱਤਾ। ਮੈਂ ਕਿਹਾ ਪੁੱਤਰ ਬਸ ਇੰਨਾ ਹੀ ਖੁਸ਼ੀ ਮਾਰੇ ਹੀ ਰੱਖ ਲਿਆ। ਕਹਿੰਦਾ ਤੁਹਾਡਾ ਨਾਮ ਬਲੈਤੀਆ ਰੱਖ ਦਿੱਤਾ, ਜੇਬ 'ਚ ਤੁਹਾਡੇ ਪੰਜੀ ਨਹੀਂ। ਕਹਿੰਦਾ ਲੋਕੀ ਮੈਨੂੰ ਪੁੱਛਦੇ ਰਹਿੰਦੇ ਬਲੈਤੀਏ ਦਾ ਮੁੰਡਾ, ਬਲੈਤੀਏ ਦਾ ਮੁੰਡਾ। ਮੈਂ ਕਿਹਾ ਫੇਰ, ਕਹਿੰਦਾ ਹੁਣ ਕੋਈ ਗੱਲ ਨਹੀਂ ਮੈਂ ਤੁਹਾਡਾ ਨਾਂ ਚਮਕਾਊਂਗਾ। ਮੈਂ ਕਿਹਾ ਉਹ ਕਿੱਦਾਂ। ਉਹ ਇੱਕ ਕਾਲਾ ਕੁੱਤਾ ਫੜ ਲਿਆ ਆ, ਕਾਲਾ ਕੁੱਤਾ ਫੜ ਕੇ ਉਹਦੇ ਸਿਰ ਦੇ ਉੱਤੇ ਲਾਟੂ ਜਗਾ ਦਿੱਤਾ। ਮੈਂ ਕਿਹਾ ਆਹ ਕੀ। ਕਹਿੰਦਾ ਲੈ ਸਵੇਰੇ ਪੁੱਛਣਗੇ ਬਲੈਤੀਏ ਨੇ ਹੀਰੋ ਹੌਂਡਾ ਨਵਾਂ ਲੈ ਲਿਆ। ਮੈਂ ਕਿਹਾ ਵੀ ਕਮਾਲ ਆਵੇ ਤੇਰੀ। ਸੋ ਬੱਚੇ ਰੱਬ ਦਾ ਰੂਪ ਹੈ, ਤੇ ਆਓ ਜਿਹੜੇ ਵੱਡੇ ਆ ਉਹ ਸਤਿਕਾਰਯੋਗ ਹੁੰਦੇ ਆ। ਇੱਕ ਵਾਰੀ ਮੈਂ ਚਾਹੁੰਦਾ ਕਿ ਬਜ਼ੁਰਗਾਂ ਦੇ ਨਾਂ ਦੇ ਉੱਤੇ ਤਾੜੀ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਆਸ਼ੀਰਵਾਦ ਕਰਕੇ ਤੁਰੇ ਫਿਰਦੇ ਆ।
ਸੋ ਇਸ ਕਰਕੇ ਬਜ਼ੁਰਗਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਨਾਲ ਰਹਿਣਾ ਚਾਹੀਦਾ ਹੈ। ਜਿਹੜੇ ਬਾਪੂ ਨੂੰ, ਕਿਉਂਕਿ ਮਾਂ ਦੀਆਂ ਆਪਾਂ ਗੱਲਾਂ ਕਰਦੇ, ਜਿਹੜੇ ਬਾਪੂ ਨੂੰ ਪਿਆਰ ਕਰਦੇ ਉਹ ਵੀ ਬਾਪੂ ਵਾਸਤੇ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ। ਕਿੱਥੋਂ ਕਿੱਥੋਂ ਚੋਗਾ ਲੈ ਕੇ ਆਉਂਦਾ ਆਪਣੇ ਬੱਚਿਆਂ ਵਾਸਤੇ। ਕਹਿੰਦੇ ਨੇ ਕਿ ਉਹ ਘਰ ਸਵਰਗ ਸਮਾਨ ਹੁੰਦਾ ਜਿੱਥੇ ਬਾਪੂ ਦਾ ਰਹਿੰਦਾ ਇਕੱਠਾ ਪਰਿਵਾਰ ਹੋਵੇ, ਨੌਵਾਂ ਧੀਆਂ ਵੀ ਮੰਨਣ ਗੱਲ ਬਾਪੂ ਦੀ ਤੇ ਪੁੱਤ ਪੋਤਰਾ ਵੀ ਆਗਿਆਕਾਰ ਹੋਵੇ। ਮੰਦਰ ਮਸਜਿਦ ਜਾਣ ਦਾ ਕੋਈ ਫਾਇਦਾ ਨਹੀਂ ਜੇ ਘਰ ਬੈਠੇ ਬਾਪੂ ਦਾ ਨਾ ਸਤਿਕਾਰ ਹੋਵੇ। ਉਹਨਾਂ ਘਰਾਂ ਵਿੱਚ ਬਰਕਤਾਂ ਕਦੇ ਨਹੀਂ ਪੈਂਦੀਆਂ ਜਿਹਨਾਂ ਘਰਾਂ 'ਚੋਂ ਬਾਪੂ ਦਾ ਮੰਜਾ ਬਾਹਰ ਹੋਵੇ। ਸੋ ਇਸ ਕਰਕੇ ਸਤਿਕਾਰ ਕਰਿਆ ਕਰੋ, ਕਿਉਂਕਿ ਸਤਿਕਾਰ ਦੇ ਵਿੱਚ ਹੀ ਜ਼ਿੰਦਗੀ ਹੈ। ਸੋ ਆਓ ਉਸੇ ਤਰ੍ਹਾਂ ਸਰਕਾਰਾਂ ਦੇ ਚਰਨਾਂ ਦੇ ਨਾਲ ਜੁੜਦੇ ਹਾਂ, ਮਾਂ ਦੇ ਚਰਨਾਂ ਦੇ ਨਾਲ ਜੁੜਦੇ ਹਾਂ। ਇਹ ਬਹੁਤ ਪਿਆਰਾ ਮਾਹੌਲ ਹੈ ਜੇ ਇਸ ਮਾਹੌਲ ਦੇ ਵਿੱਚ ਆਪਾਂ ਬੈਠੇ ਹਾਂ, ਨਹੀਂ ਤਾਂ ਨਸੀਬ ਹੀ ਨਹੀਂ ਹੁੰਦੇ ਇਹੋ ਜਿਹੇ ਮਾਹੌਲ 'ਤੇ। ਆਓ ਉਸੇ ਤਰ੍ਹਾਂ ਇੱਕ ਵਾਰ ਫਿਰ ਉਸ ਖੂਬਸੂਰਤ ਆਵਾਜ਼ ਦੇ ਨਾਲ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਜਨਾਬ ਫਿਰੋਜ਼ ਖਾਨ ਜੀ। ਇੱਕ ਬੜਾ ਪਿਆਰਾ ਗੀਤ ਆਇਆ ਸੀ ਮੇਰਾ, ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਉਸ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ, ਬਹੁਤ ਆਸ਼ੀਰਵਾਦ ਦਿੱਤਾ ਸੀ। ਮੇਰਾ ਦਿਲ ਕਹਿੰਦਾ ਹੈ ਕਿ ਤੁਹਾਨੂੰ ਹੁਣ ਵੀ ਚੰਗਾ ਲੱਗੇਗਾ, ਬੇਸ਼ੱਕ ਉਹਨੂੰ 10-12 ਸਾਲ ਹੋ ਗਏ ਗੀਤ ਨੂੰ ਆਏ ਨੂੰ, ਕਿਉਂਕਿ ਰਿਸ਼ਤਿਆਂ ਦੀ ਕੈਸੀ ਨਿੱਘੀ ਗੱਲ ਹੈ। ਰਿਸ਼ਤੇ, ਖੂਨ ਦੇ ਰਿਸ਼ਤੇ ਕੈਸੇ ਨਿੱਘੇ ਹੁੰਦੇ ਨੇ। ਜਦੋਂ ਬੱਚੇ ਦੇ ਸੱਟ ਲੱਗਦੀ ਹੈ ਉਹ ਰੱਬ ਨੂੰ ਯਾਦ ਨਹੀਂ ਕਰਦਾ, ਪਹਿਲਾਂ ਮਾਂ ਨੂੰ ਯਾਦ ਕਰਦਾ। ਸੋ ਖੂਨ ਦੇ ਰਿਸ਼ਤੇ ਕਿਹੜੇ ਨੇ? ਮਾਂ, ਬਾਪ, ਭੈਣ ਤੇ ਭਰਾ। ਇਹਨਾਂ ਰਿਸ਼ਤਿਆਂ ਦੀ ਲਾਈਫ 'ਚ ਕੀ ਅਹਿਮੀਅਤ ਹੈ? ਕਿਹੜੀ ਮੁਸੀਬਤ ਵੇਲੇ ਕਿਹੜੇ ਰਿਸ਼ਤੇ ਦੀ ਕਦੋਂ ਤੇ ਕਿਉਂ ਯਾਦ ਆਉਂਦੀ ਹੈ? ਉਸ ਤੋਂ ਪਹਿਲਾਂ 2-4 ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ, ਉਹ ਗੱਲਾਂ ਜਿਹੜੀਆਂ ਸਾਡੇ ਫਰਜ਼ਾਂ ਦੀਆਂ ਗੱਲਾਂ ਨੇ, ਸਾਡੇ ਅਧਿਕਾਰਾਂ ਦੀਆਂ। ਤਾਂ ਸਾਨੂੰ ਪਤਾ ਹੀ ਹੈ ਕਿ ਬਾਪੂ ਦੀ ਜ਼ਮੀਨ ਸਾਰੀ ਆਪਣੀ ਜ਼ਮੀਨ ਹੈ, ਪਰ ਜਦੋਂ ਕਿਤੇ ਬਾਪੂ ਤਕਲੀਫ 'ਚ ਹੋਵੇ, ਬਾਪੂ ਕਿਤੇ ਬਿਮਾਰ ਹੋ ਜਾਵੇ, ਜਦੋਂ ਬੰਦਾ ਫਿਰ ਉਸ ਵੇਲੇ ਕੁਤਾਹੀ ਕਰ ਜਾਂਦਾ ਕਈ ਵਾਰ ਕਿ ਨਹੀਂ ਕੋਈ ਗੱਲ ਨਹੀਂ, ਵੱਡਾ ਭਰਾ ਹੈਗਾ, ਵੱਡਾ ਭਰਾ ਹੈਗਾ, ਸਾਂਭ ਲੂਗਾ, ਮੇਰੀ ਤਾਂ ਕੀ ਜ਼ਰੂਰਤ ਹੈ। ਨਹੀਂ, ਉਦੋਂ ਫਰਜ਼ ਬਣਦਾ ਸਾਡਾ ਕਿ ਮਾਂ ਬਾਪ ਦੀ ਇੱਜ਼ਤ, ਮਾਂ ਬਾਪ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਅਸੀਂ ਉਹਨਾਂ ਦੀ ਸੇਵਾ ਕਰੀਏ, ਉਹਨਾਂ ਦੀ ਪੂਜਾ ਕਰੀਏ, ਉਹਨਾਂ ਦੀ ਰਿਸਪੈਕਟ ਕਰੀਏ। ਅੱਜ ਕੱਲ੍ਹ ਲੋਕ ਦੁਆਵਾਂ ਲੈਣ ਤੋਂ ਹਟ ਹੀ ਗਏ, ਕੋਈ ਪੈਰੀਂ ਹੱਥ ਲਾਉਂਦਾ ਹੀ ਨਹੀਂ, ਜੇ ਕੋਈ ਲਾਉਂਦਾ ਤਾਂ ਭਾਗਾਂ ਵਾਲਾ ਹੀ ਹੋਊਗਾ, ਨਹੀਂ ਤਾਂ ਦੂਰੋਂ ਹੀ ਬਾਏ ਬਾਏ ਕਰਕੇ ਚਲੇ ਜਾਂਦੇ ਨੇ। ਮਾਂ ਬਾਪ ਦੇ ਪੈਰੀਂ ਹੱਥ ਲਾਉਂਦੇ ਸੀ, ਮਾਂ ਕਿੰਨੀਆਂ ਅਸੀਸਾਂ ਦਿੰਦੀ ਸੀ, ਢੇਰ ਸਾਰੀਆਂ, ਬੰਦੇ ਦੇ ਮੁਕੱਦਰ ਹੀ ਚੇਂਜ ਹੋ ਜਾਂਦੇ ਆ ਜਦੋਂ ਮਾਂ ਦੀਆਂ ਅਸੀਸਾਂ ਨਾਲ ਹੋਣ, ਮਾਂ ਬਾਪ ਦੀਆਂ ਅਸੀਸਾਂ ਨਾਲ ਹੋਣ। ਸੋ ਮੈਂ ਉਹ 2-4 ਗੱਲਾਂ ਤੁਹਾਡੀ ਨਜ਼ਰ ਕਰੂੰਗਾ, ਅਗਰ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਤਾੜੀ ਵਜਾ ਦਿਓ, ਨਾ ਚੰਗੀਆਂ ਲੱਗੀਆਂ ਤਾਂ ਸੌਦਾ ਮੇਰਾ, ਮੇਰੇ ਕੋਲ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆਪਣਾ। ਸੁਣਿਓ, ਜ਼ਰੂਰ ਗੌਰ ਨਾਲ ਸੁਣਨ ਵਾਲੀ ਗੱਲ ਹੈ, ਮੇਰਾ ਦਿਲ ਕਹਿੰਦਾ ਕਿ ਤੁਹਾਨੂੰ ਚੰਗੀ ਲੱਗੇਗੀ, ਗੌਰ ਫਰਮਾਓ। ਜਿਹੜੇ ਕੁੱਖ ਵਿੱਚ